ਸਿਆਣੋਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਵਿੱਚ ਰਹੋ ਟੀਵੀ ਦੇ ਥਰੂ ਦੱਸਿਆ ਕਿ ਅਸੀਂ ਦਵਾਈਆਂ ਵਾਲੀਆਂ ਦੁਕਾਨਾਂ ਉਸ ਟਾਈਮ ਦੇ ਖੁੱਲੀਆਂ ਰੱਖੀਆਂ ਹੋਈਆਂ ਨੇ ਉਦਾਂ ਹੀ ਤੁਸੀਂ ਆਪਣੇ ਟੀਵੀ ਦਾ ਕਹਿਣਾ ਮੰਨ ਕੇ ਸਾਡਾ ਅਫਸਰਾਂ ਦਾ ਔਰ ਸਾਡਾ ਵੀ ਕਹਿਣਾ ਮੰਨੋ ਆਪਣੇ ਆਪਣੇ ਘਰਾਂ ਵਿੱਚ ਰਹੋ ਬਹੁਤ ਬਹੁਤ ਧੰਨਵਾਦ ਜੈ ਹਿੰਦ से पूरा देश हिल चुका है हमारा वर्ल्ड हिल चुका है हमारा इंडिया हिल चुका है सारी इकोनॉमी डिस्टर्ब हो चुकी है और लुधियाना जैसा शहर जो कभी रुकता नहीं कभी थमता नहीं हमेशा रोड्स पे हम ट्रैफिक जैम्स देखते हैं और आज हमारे साथ जोन वन के ट्रैफिक इंचार्ज मिस्टर जगजीत सिंह जी हैं आप उनसे जानेंगे कि इस लॉक टाइम जो पीरियड चल रहा है इस टाइम पे जो लोग ਸੜਕੋ ਪੇ ਉਤਰ ਕੇ ਆਤੇ ਹਨ ਉਹਨਕੇ ਸਾਥ ਉਹ ਕਿਸ ਤਰੀਕੇ ਸੇ ਡੀਲ ਕਰਤੇ ਹਨ ਹੈਲੋ ਸਰ ਵੈਲਕਮ ਟੂ ਟਾਈਮਸ ਪੰਜਾਬ ਟੀਵੀ ਕਿ ਸਰ ਕੈਸੇ ਹੈ ਆਪ ਮੈਂ ਬਹੁਤ ਵਧੀਆ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੇ ਤੁਸੀਂ ਆਮ ਸ਼ਹਿਰ ਵਾਸੀਆਂ ਨੂੰ ਮੀਡੀਆ ਥਰੋ ਦੱਸਦੇ ਹੋ ਕਿ ਘਰਾਂ ਚ ਰਹੋ ਇਹ ਜਿਹੜੀ ਨਾਮਰਾਦ ਬਿਮਾਰੀ ਚੱਲੀ ਆ ਕਰੋਨਾ 19 ਜੋ ਸਾਰਿਆਂ ਨੂੰ ਪਤਾ ਹੀ ਹੈ ਇਸ ਸੰਬੰਧ ਵਿੱਚ ਸਾਰੇ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਆਪਣੇ ਘਰਾਂ ਵਿੱਚ ਹੀ ਰਹੋ ਸਰ ਇੱਕ ਚੀਜ਼ ਹਮੇ ਬਤਾਈਏ ਕਿ ਆਪ ਇਤਨੀ ਰਿਸਪੌਂਸਿਬਿਲਟੀ ਸੇ ਆਪਣੀ ਡਿਊਟੀਆਂ ਪੂਰੀ ਕਰ ਰਹੇ ਹੈ ਪਹਿਲੇ ਵੀ ਕਰਤੇ ਸੇ ਔਰ ਅਬ ਤੋ ਔਰ ਜ਼ਿਆਦਾ ਸਟਿਕਨੈਸ ਹੋ ਚੁਕੀ ਹੈ ਆਪਕੀ ਡਿਊਟੀਆਂ ਮੇ ਕਿਉਂਕਿ ਕਈ ਲੋਗ ਐਸੇ ਹੈ ਜੋ ਆਜ ਵੀ ਇਸ ਲੋਕਡਾਊਨ ਕੋ ਫੋਲੋ ਨਹੀਂ ਕਰਤੇ ਤੋ ਆਪ ਉਨਕੇ ਸਾਥ ਕੈਸੇ ਡੀਲ ਕਰਤੇ ਹੈ ਨਹੀਂ ਪਬਲਿਕ ਜੋ ਲੁਧਿਆਣਾ ਸ਼ਹਿਰੀ ਆ ਬੜੇ ਸਿਆਣੇ ਆ ਸਾਨੂੰ ਕੋਆਪਰੇਟ ਕਰਦੇ ਆ ਜਿਵੇਂ ਅਸੀਂ ਸਮਝਾਉਨੇ ਆ ਉਦਾਂ ਸਮਝ ਜਾਂਦੇ ਆ ਕਈ ਬੱਚੇ ਆ ਉਹਨਾਂ ਨੂੰ ਅਸੀਂ ਥੋੜਾ ਚਿਰ ਫਿਰ ਬਿਠਾ ਵੀ ਲੈਣੇ ਆ 10 ਮਿੰਟ ਜਿਵੇਂ ਬਿਠਾਣ ਤੋਂ ਬਾਅਦ ਫਿਰ ਉਹਨਾਂ ਨੂੰ ਘਰਾਂ ਨੂੰ ਭੇਜ ਦਿੰਨੇ ਆ ਕਿ ਥੋੜਾ ਜਿਹਾ ਅਹਿਸਾਸ ਹੁੰਦਾ ਰਹੇ ਜਿਵੇਂ ਅੱਜ ਸੀਪੀ ਸਾਹਿਬ ਨੇ ਸਾਡੇ ਨੇ ਕਿਹਾ ਕਿ ਲੁਧਾਨੇ ਦੇ ਵਿੱਚ ਅਸੀਂ ਟੈਂਪਰੇਰੀ ਤਿੰਨ ਜੇਲਾ ਬਣਾਈਆਂ ਨੇ ਇੱਕ ਬਹਾਦਰ ਕੇ ਰੋਡ ਤੇ ਆ ਇੱਕ ਸਟੇਡੀਅਮ ਆ ਇੱਕ ਇੰਡੋਰ ਸਟੇਡੀਅਮ ਪਖਵੜਾ ਰੋਡ ਤੇ ਜੇ ਪਬਲਿਕ ਜ਼ਿਆਦਾ ਘੁੰਮੇਗੀ ਤਾਂ ਉਹਨਾਂ ਨੂੰ ਅਸੀਂ ਕੁਝ ਟਾਈਮ ਲਈ ਫਿਰ ਬਿਠਾਵਾਂਗੇ ਕਦੇ ਵੀ ਅਭੀ ਤੱਕ ਐਸਾ ਕਿੰਨੇ ਕੇਸਿਸ ਆਪਕੇ ਸਾਹਮਣੇ ਆਏ ਆ ਕਿ ਆਪਕੋ ਇਸ ਤਰੀਕੇ ਸੇ ਡੀਲ ਕਰਨਾ ਪੜੇ ਜਾਂ ਕਦੇ ਆਪਨੇ ਡੰਡੋ ਕਾ ਵੀ ਸਹਾਰਾ ਲਿਆ ਹੋ ਨਹੀਂ ਡੰਡੋ ਕੀ ਜ਼ਰੂਰਤ ਨਹੀਂ ਪੜਦੀ ਲੁਧਿਆਣਾ ਸ਼ਹਿਰ ਬੜਾ ਹੀ ਚੰਗਾ ਸ਼ਹਿਰ ਆ ਇਹ ਸਾਰੇ ਪੜੇ ਲਿਖੇ ਲੋਕ ਨੇ ਔਰ ਬੜਾ ਤਰੀਕੇ ਨਾਲ ਸਮਝ ਜਾਂਦੇ ਆ ਕਿ ਆਮ ਪਬਲਿਕ ਸਾਰੀ ਜਾਗਰੂਤਾ ਕੇਕਰ ਆਂ ਚੋ ਬਾਹਰ ਨਹੀਂ ਨਿਕਲਣਾ ਬਾਹਰ ਨਿਕਲਣ ਨਾਲ ਬਿਮਾਰੀ ਫੈਲਦੀ ਆ ਇਹ ਸਾਰਿਆਂ ਨੂੰ ਪਤਾ ਕਿ ਜਿਹੜੀ ਬਿਮਾਰੀ ਆ ਇਹ ਹੱਥ ਨਾਲ ਟੱਚ ਹੋਣਾ ਜਾਂ ਮੂੰਹ ਨਾਲ ਆਪਾਂ ਨੂੰ ਖੰਘਣ ਦੇ ਨਾਲ ਇਸੇ ਲਈ ਅਸੀਂ ਸਾਰਿਆਂ ਨੂੰ ਤੁਹਾਡੇ ਮੀਡੀਆ ਥਰੂ ਦੱਸਣਾ ਚਾਹੁੰਦੇ ਆ ਕਿ ਮਾਸਕ ਲਗਾ ਕੇ ਰੱਖੋ ਸੈਨੀਟਾਈਜ਼ਰ ਦੀ ਵਰਤੋਂ ਕਰੋ ਵਾਰ-ਵਾਰ ਘਰਾਂ 'ਚ ਹੱਥ ਧੋਵੋ ਜੇ ਬਾਹਰ ਜਾਣਿਓ ਤਾਂ ਹੱਥ ਧੋ ਕੇ ਬਾਹਰ ਘਰੋਂ ਬਾਹਰ ਵੀ ਆਉਣਿਓ ਤਾਂ ਵੀ ਆਪਣੇ ਕੋਈ ਜ਼ਰੂਰੀ ਕੰਮ ਲਈ ਜਾਣਿਓ ਨਿਓ ਤਾਂ ਕੱਪੜੇ ਉਤਾਰ ਕੇ ਸਾਫ਼ ਕਰੋ ਸੈਨੀਟਾਈਜ਼ ਕਰੋ ਧੰਨਵਾਦ ਜੀ ਜੇ ਸੇਬ ਟ੍ਰੈਫਿਕ ਇਨਚਾਰਜ ਹੈ तो यहाँ पे अभी जो लॉक टाइम पीरियड चल रहा है तो आपको लगता है कि कहीं ना कहीं काफ़ी ज़्यादा जो ट्रैफिक जाम की प्रॉब्लम है उससे पोल्यूशन कम हुआ है हाँ पोल्यूशन तो सुबह सुबह जब हम निकलते हैं तो बहुत दूर तक हमें बड़ी ऐदा लगता भी शायद कितने निगाह बध गई है पर पोल्यूशन बिल्कुल है नहीं बहुत ही दरख्त जेडे वो टह टका ने और बूटे भी आ, ਫਲਾਵਰ ਬੜੇ ਵਧੀਆ ਆਪਣੇ ਆਪ ਹਿਲਦੇ ਆ ਬੜੇ ਚੰਗੇ ਲੱਗਦੇ ਆ ਜਾਨੀ ਕਿ ਪੋਲੂਸ਼ਨ ਵਾਲੀ ਗੱਲ ਜਿਹੜੀ ਕਹਿਣ ਵਾਲੇ ਉਹ ਤਾਂ ਬਿਲਕੁਲ ਹੀ ਨਹੀਂ ਹੈਗਾ ਕਿਉਂਕਿ ਪਬਲਿਕ ਕੋਈ ਬਾਹਰ ਨਹੀਂ ਨਿਕਲਦੀ ਕੋਈ ਟਰਾਂਸਪੋਰਟ ਨਹੀਂ ਚੱਲਦੀ ਕੋਈ ਧੂਆ ਨਹੀਂ ਕੋਈ ਫੈਕਟਰੀ ਨਹੀਂ ਚੱਲਦੀ ਕੋਈ ਪੱਠਾ ਨਹੀਂ ਚੱਲਦਾ ਇਸ ਲਈ ਪੋਲੂਸ਼ਨ ਬਿਲਕੁਲ ਨਹੀਂ ਹੈਗਾ ਤੇ ਜਾਤੇ ਜਾਤੇ ਹਮ ਚਾਹਤੇ 15 ਡੇਸ ਦਾ ਲਾਕਡਾਊਨ ਜੋ ਅਭੀ ਰਹਤਾ ਹੈ ਉਸਕੋ ਲਾਕ ਸਟ੍ਰਿਕਟਲੀ ਫਾਲੋ ਕਰੇ ਆਪਣੇ ਘਰੋ ਮੇ ਰਹੇ ਇੱਕ ਮੈਸੇਜ ਆਪਣੀ ਤਰਫ ਸੇ ਦੇ ਦਿੱਤੇ ਹਾਂ ਮੈਂ ਲੁਧਾਨਾ ਵਾਸੀਆਂ ਨੂੰ ਸੀਪੀ ਸਾਹਿਬ ਦੇ ਹੁਕਮ ਮੁਤਾਬਕ ਦੱਸਣਾ ਚਾਹੁੰਦਾ ਕਿ ਆਪਣੇ ਕਿਰਪਾ ਕਰਕੇ ਆਪਣੇ ਘਰਾਂ ਵਿੱਚ ਰਹਿਣ ਇਹ ਬਿਮਾਰੀ ਬਾਰੇ ਸਾਰੇ ਜਾਗਰੂਤ ਨੇ ਕਿ ਬਿਮਾਰੀ ਕਿਵੇਂ ਮੂੰਹ ਨਾਲ ਬੋਲਣ ਨਾਲ ਖੰਗ ਨਾਲ ਹੱਥ ਮਿਲਾਉਣ ਨਾਲ ਫੈਲਦੀ ਆ ਸੈਨੀਟਾਈਜ਼ਰ ਦੀ ਵਰਤੋਂ ਕਰੋ ਸ਼ਹਿਰ ਵਾਸੀ ਆਪਣੇ ਘਰਾਂ ਵਿੱਚ ਰਹਿਣ ਔਰ ਤਾਂ ਹੀ ਆਪਾਂ ਇਸ ਬਿਮਾਰੀ ਤੋਂ ਜਿੱਤ ਸਕਦੇ ਹਾਂ ਧੰਨਵਾਦ अपना टाइम हमें देने के लिए तो आपने देखा यह हमारे साथ ट्रैफिक मिस्टर जगजीत सिंह जिनकी तरफ से एक बहुत अच्छा मैसेज भी मिला लुधियानवीज को लेकर कि वो कितनी स्ट्रिक्टली इस लॉकडाउन पीरियड को फॉलो कर रहे हैं थैंक यू सो मच कैमरा मैन अमन के साथ शिप्रा बसरीजा टाइम्स पंजाब टीवी